ਉਦਾਸੀ ਵਾਲਾ ਇਸ ਤਰ੍ਹਾਂ ਦਾ ਮਤਲਬ ਕਿ ਸਮਾਂ ਬਣਿਆ ਜੀ, ਵੀ ਮਤਲਬ ਇਹ ਸਾਡੇ ਮਾਤਾ ਜੀ ਆ ਤੇ ਇਹ ਰਾਤ ਮਤਲਬ ਕਿ ਸਭ ਨੂੰ ਪਤਾ ਵਾ ਕਿ ਬਾਰਿਸ਼ ਕਿਦੋਂ ਬੜੀ ਮੂਰਛਲੇਧਾਰ ਬਾਰਿਸ਼ ਹੋਈ ਆ ਤੇ ਉਹਦੇ ਨਾਲ ਮਤਲਬ ਕਿ ਇਹ ਉੱਪਰੋਂ ਉੱਪਰਲਾ ਕਮਰਾ ਵੀ ਜਿਹੜਾ ਵਾ ਉਹ ਇਸ ਤਰ੍ਹਾਂ ਹੀ ਉਹਨੇ ਉਹਦੀ ਹਾਲਤ ਬੜੀ ਖਸਤਾ ਹੋਈ, ਬਾਲੇ ਪਏ ਹੋਏ ਆ ਤੇ ਉੱਤੋਂ ਵੀ ਪਾਣੀ ਜਾ ਰਿਹਾ। ਆਹ ਹੁਣ ਵੇਖੋ ਇੱਥੇ ਬਾਲਟੀ ਰੱਖੀ, ਇੱਥੇ ਵੇਖੀ, ਆਹ ਵੀ ਆਹ ਬਰਤਨ ਰੱਖੇ ਆ, ਸਭ ਆਹ ਬਰਤਨ ਇੱਥੇ ਪਏ ਆ ਤੇ ਇਹ ਚ ਪਾਣੀ ਮਤਲਬ ਕਿ ਟੱਪ 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 ਟਪਕ ਰਿਹਾ ਹਰ ਜਗ੍ਹਾ ਨੂੰ, ਕਿਤੇ ਵੀ ਮਤਲਬ ਬਾਲੇ ਟੁੱਟੇ ਹੋਏ ਆ, ਬਹੁਤ ਖਸਤਾ ਹਾਲਤ ਹੈ ਉੱਪਰਲੀ ਛੱਤ ਦੀ ਵੀ ਤੇ ਥੱਲੇ ਦੀ ਵੀ ਤੇ ਮਾਤਾ ਜੀ ਇਕੱਲੇ ਆ, ਇਹਨਾਂ ਦੇ ਕੋਈ ਕੋਲ ਨੀ ਰਹਿੰਦਾ, ਆਸਰਾ ਇਹਨਾਂ ਦਾ ਕੋਈ ਨੀ ਹੈ ਤੇ ਮਤਲਬ ਸਾਨੂੰ ਤੇ ਸਵੇਰੇ ਮਤਲਬ ਕਿ ਫੋਨ ਕੀਤਾ ਵਾ, ਮਤਲਬ ਇਹਨਾਂ ਦੇ ਲਾਗੇ ਕੋਈ ਗਵਾਂਢੀ ਆ, ਉਹਨਾਂ ਦੇ ਬਈਆਣੀ ਨੇ ਵਿਚਾਰੀ ਨੇ ਫੋਨ ਕੀਤਾ, ਪਰਦੇਸੀ ਬੰਦੇ ਆ, ਉਹਨੂੰ ਦਰੇਕ ਆਇਆ ਵਾ, ਸਾਡੇ ਲਾਗੇ ਬੰਨੇ ਕੋਈ ਵੀ ਇਹਨਾਂ ਨੇ ਕਿਸੇ ਨੇ ਇਹਨਾਂ ਦੀ ਮਦਦ ਨੀ ਮਤਲਬ ਕੀਤੀ, ਨਾ ਹੀ ਇਹਨਾਂ ਨੂੰ ਪੁੱਛਿਆ ਹੀ ਆ ਤੇ ਹੁਣ ਵੀ ਮਤਲਬ ਵੀ 12 ਵੱਜ ਗਏ ਜੀ, ਤੁਸੀਂ ਹਿਸਾਬ ਲਾ ਲਓ ਨਾ ਕੋਈ ਚਾਹ ਨਾ ਨਾਸ਼ਤਾ ਕੋਈ ਗੱਲਬਾਤ ਨਹੀਂ ਆ ਤੇ ਅਸੀਂ ਮਤਲਬ ਵੀ ਪ੍ਰਸ਼ਾਸਨ ਨੂੰ ਜਾਂ ਜੋ ਵੀ ਕੋਈ ਸਮਾਜ ਸੇਵੀ ਸੰਸਥਾਵਾਂ ਵਾ ਤੇ ਉਹਨਾਂ ਅੱਗੇ ਬੇਨਤੀ ਕਰਦੇ ਆ ਵੀ ਜੇ ਕੋਈ ਇਹਨਾਂ ਦੀ ਮਦਦ ਕਰ ਸਕਦਾ ਤੇ ਉਹਨਾਂ ਨੂੰ ਕਰਨੀ ਚਾਹੀਦੀ ਆ। ਇੱਦਾਂ ਵੀ ਆ ਕੋਠੇ ਕੋਠੇ ਚੁੰਦੇ ਬਾਲਿਆਂ ਵਾਲੇ ਕੋਠੇ, ਪਾਣੀ ਪੂਣੀ ਆ ਜਾਂਦਾ ਅੰਦਰ, ਕੋਈ ਕਰਦਾ ਨੀ ਆਸਰਾ। ਤੇ ਤੁਹਾਨੂੰ ਬਾਲਿਆਂ ਦੇ ਪੈਸੇ ਨੀ ਮਿਲੇ ਸਰਕਾਰ ਵੱਲੋਂ? ਬਾਲਿਆਂ ਨੂੰ ਮਿਲੇ ਨੀ, ਨਵਾਮਾ ਨੂੰ ਦਿੱਤੇ ਫਾਰਮ ਜੇ ਭਰ ਕੇ, ਉਹਨੇ ਕੁਝ ਕੀਤਾ ਹੀ ਨੀ ਆ, ਫੇਰ ਆਂਦੇ ਕਿਸ਼ਤਾਂ ਤਾਰਨੀਆਂ ਪੈਣੀਆਂ ਤੇ ਮੈਂ ਕਿੱਥੋਂ ਤਾਰੂੰਗੀ, ਮੇਰੇ ਤੋਂ ਕੋਈ ਹੈ ਨੀ ਗਾ ਤੇ ਮੈਂ ਕਿੱਥੋਂ ਤਾਰਨੀ। ਕੀ ਮੰਗ ਕਰਦੇ? ਕੰਮ ਕੁੰਮ ਕੋਈ ਚ ਨੀ, ਇੱਕ ਕੋਠਾ ਹੀ ਪੈ ਜਾਏ, ਨਹੀਂ ਦੋ ਤੇ ਇੱਕ ਹੀ ਬਣ ਜਾਏ ਕੋਈ ਚੱਜ ਸਵਾਦ ਦਾ। ਤੇ ਘਰ ਚ ਕੌਣ ਕੌਣ ਰਹਿੰਦਾ? ਘਰ ਚ ਮੈਂ ਇਕੱਲੀ। ਤੇ ਬਾਕੀ ਬੱਚੇ? ਬੱਚੇ ਗੁੱਡੀਆਂ ਵਿਆਹੀਆਂ ਵਾ ਤੇ ਕਾਕਾ ਆਪਣੇ ਸਹੁਰੇ ਆ, ਉਹ ਮੰਨਦਾ ਸੁਣਦਾ ਨੀ ਕੋਈ ਗੱਲਬਾਤ। ਕੀ ਗੱਲ? ਉਹ ਕੀ ਗੱਲ? ਉਹਨਾਂ ਦੀ ਮਰਜ਼ੀ, ਉਹ ਚੜ ਗਏ ਤੋਂ। ਤੁਸੀਂ ਇਕੱਲੇ ਰਹਿੰਦੇ ਘਰ ਚ? ਇਕੱਲੇ ਰਹਿੰਦੇ। ਘਰ ਆਪਣਾ ਤੁਹਾਡਾ? ਹਾਂ ਆਪਣਾ ਹੀ। ਤੇ ਅੱਜ ਮੀਂਹ ਕਿੰਨਾ ਕੁ ਪਿਆ? ਮੀਂਹ ਤਾਂ 3 ਵਜੇ ਦਾ ਛੁੱਟ ਹੋ ਜਾ ਪੈਣ ਡਿਆ, ਬਹੁਤ ਪਾਣੀ ਪਾਣੀ ਭਰ ਗਿਆ, ਕਮਰਾ ਵੀ ਭਰ ਗਿਆ, ਵਿੱਚੇ ਵੜ ਜਾਂਦਾ, ਨਿਕਲਦਾ ਹੀ ਨਹੀਂ। ਉਦਾਸੀ ਵਾਲਾ ਇਸ ਤਰ੍ਹਾਂ ਦਾ ਮਤਲਬ ਕਿ ਸਮਾਂ ਬਣਿਆ ਜੀ, ਵੀ ਮਤਲਬ ਇਹ ਸਾਡੇ ਮਾਤਾ ਜੀ ਆ ਤੇ ਇਹ ਰਾਤ ਮਤਲਬ ਕਿ ਸਭ ਨੂੰ ਪਤਾ ਵਾ ਵੀ ਬਾਰਿਸ਼ ਕਿਦੋਂ ਬੜੀ ਮੂਰਛਲੇਧਾਰ ਬਾਰਿਸ਼ ਹੋਈ ਆ ਤੇ ਉਹਦੇ ਨਾਲ ਮਤਲਬ ਕਿ ਇਹ ਉੱਪਰੋਂ ਉੱਪਰਲਾ ਕਮਰਾ ਵੀ ਜਿਹੜਾ ਵਾ ਉਹ ਇਸ ਤਰ੍ਹਾਂ ਹੀ ਉਹਨੇ ਉਹਦੀ ਹਾਲਤ ਬੜੀ ਖਸਤਾ ਹੋਈ, ਬਾਲੇ ਪਏ ਹੋਏ ਆ ਤੇ ਉੱਤੋਂ ਵੀ ਪਾਣੀ ਜਾ ਰਿਹਾ। ਆਹ ਹੁਣ ਵੇਖੋ ਇੱਥੇ ਬਾਲਟੀ ਰੱਖੀ, ਇੱਥੇ ਵੇਖੀ, ਆਹ ਵੀ ਆਹ ਬਰਤਨ ਰੱਖੇ ਆ, ਸਭ ਆਹ ਬਰਤਨ ਇੱਥੇ ਪਏ ਆ ਤੇ ਇਹ ਚ ਪਾਣੀ ਮਤਲਬ ਕਿ ਟੱਪ 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 ਟਪਕ ਰਿਹਾ ਹਰ ਜਗ੍ਹਾ ਨੂੰ, ਕਿਤੇ ਵੀ ਮਤਲਬ ਬਾਲੇ ਟੁੱਟੇ ਹੋਏ ਆ, ਬਹੁਤ ਖਸਤਾ ਹਾਲਤ ਹੈ ਉੱਪਰਲੀ ਛੱਤ ਦੀ ਵੀ ਤੇ ਥੱਲੇ ਦੀ ਵੀ ਤੇ ਮਾਤਾ ਜੀ ਇਕੱਲੇ ਆ, ਇਹਨਾਂ ਦੇ ਕੋਈ ਕੋਲ ਨੀ ਰਹਿੰਦਾ, ਆਸਰਾ ਇਹਨਾਂ ਦਾ ਕੋਈ ਨੀ ਹੈ ਤੇ ਮਤਲਬ ਸਾਨੂੰ ਤੇ ਸਵੇਰੇ ਮਤਲਬ ਕਿ ਫੋਨ ਕੀਤਾ ਵਾ, ਮਤਲਬ ਇਹਨਾਂ ਦੇ ਲਾਗੇ ਕੋਈ ਗਵਾਂਢੀ ਆ, ਉਹਨਾਂ ਦੇ ਬਈਆਣੀ ਨੇ ਵਿਚਾਰੀ ਨੇ ਫੋਨ ਕੀਤਾ, ਪਰਦੇਸੀ ਬੰਦੇ ਆ, ਉਹਨੂੰ ਦਰੇਕ ਆਇਆ ਵਾ, ਸਾਡੇ ਲਾਗੇ ਬੰਨੇ ਕੋਈ ਵੀ ਇਹਨਾਂ ਨੇ ਕਿਸੇ ਨੇ ਇਹਨਾਂ ਦੀ ਮਦਦ ਨੀ ਮਤਲਬ ਕੀਤੀ, ਨਾ ਹੀ ਇਹਨਾਂ ਨੂੰ ਪੁੱਛਿਆ ਹੀ ਆ ਤੇ ਹੁਣ ਵੀ ਮਤਲਬ ਵੀ 12 ਵੱਜ ਗਏ ਜੀ, ਤੁਸੀਂ ਹਿਸਾਬ ਲਾ ਲਓ ਨਾ ਕੋਈ ਚਾਹ ਨਾ ਨਾਸ਼ਤਾ ਕੋਈ ਗੱਲਬਾਤ ਨਹੀਂ ਹੈ ਤੇ ਅਸੀਂ ਮਤਲਬ ਵੀ ਪ੍ਰਸ਼ਾਸਨ ਨੂੰ ਜਾਂ ਜੋ ਵੀ ਕੋਈ ਸਮਾਜ ਸੇਵੀ ਸੰਸਥਾਵਾਂ ਵਾ ਤੇ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਵੀ ਜੇ ਕੋਈ ਇਹਨਾਂ ਦੀ ਮਦਦ ਕਰ ਸਕਦਾ ਤੇ ਉਹਨਾਂ ਨੂੰ ਕਰਨੀ ਚਾਹੀਦੀ ਹੈ। ਇੱਦਾਂ ਵੀ ਆ ਕੋਠੇ ਕੋਠੇ ਚੁੰਦੇ ਬਾਲਿਆਂ ਵਾਲੇ ਕੋਠੇ, ਪਾਣੀ ਪੂਣੀ ਆ ਜਾਂਦਾ ਅੰਦਰ, ਕੋਈ ਕਰਦਾ ਹੀ ਨੀ ਆਸਰਾ।
ਤੇ ਤੁਹਾਨੂੰ ਬਾਲਿਆਂ ਦੇ ਪੈਸੇ ਨੀ ਮਿਲੇ ਸਰਕਾਰ ਵੱਲੋਂ? ਬਾਲਿਆਂ ਨੂੰ ਮਿਲੇ ਨੀ, ਇੰਨੇ ਵਾਮਾਂ ਨੂੰ ਦਿੱਤੇ ਫਾਰਮ ਚ ਭਰ ਕੇ, ਉਹਨੇ ਕੁਛ ਕੀਤਾ ਹੀ ਨੀ। ਫਿਰ ਆਂਦੇ ਕਿਸ਼ਤਾਂ ਤਾਰਨੀਆਂ ਪੈਣੀਆਂ, ਤੇ ਮੈਂ ਕਿੱਥੋਂ ਤਾਰੂੰਗੀ? ਮੇਰੇ ਤਾਂ ਕੋਈ ਹੈ ਨੀ ਗਾ, ਤੇ ਮੈਂ ਕਿੱਥੋਂ ਤਾਰਨੀ? ਕੀ ਮੰਗ ਕਰਦੇ? ਕੰਮ ਕੁਮ ਕੁਛ ਨੀ, ਇੱਕ ਕੋਠਾ ਹੀ ਪੈ ਜਾਏ, ਨਹੀਂ ਦੋ ਤੇ ਇੱਕ ਹੀ ਬਣ ਜਾਏ ਕੋਈ ਚੱਜ ਸਵਾਦ ਦਾ। ਤੇ ਘਰ ਚ ਕੌਣ ਕੌਣ ਰਹਿੰਦਾ? ਘਰ ਚ ਮੈਂ ਇਕੱਲੀ, ਤੇ ਬਾਕੀ ਬੱਚੇ? ਬੱਚੇ ਗੁੱਡੀਆਂ ਵਿਆਹੀਆਂ ਵਾ, ਤੇ ਕਾਕਾ ਆਪਣੇ ਸਹੁਰੇ ਆ, ਉਹ ਮੰਨਦਾ ਸੁਣਦਾ ਨੀ ਕੋਈ ਗੱਲ ਬਾਤ। ਕੀ ਗੱਲ ਹੋ ਗਈ? ਗੱਲ ਉਹਨਾਂ ਦੀ ਮਰਜ਼ੀ, ਉਹ ਚੜ ਗਏ ਤੋਂ। ਤੁਸੀਂ ਇਕੱਲੇ ਰਹਿੰਦੇ ਘਰ ਚ? ਇਕੱਲੇ ਰਹਿੰਦੇ। ਘਰ ਆਪਣਾ ਤੁਹਾਡਾ? ਹਾਂ ਆਪਣਾ ਹੀ। ਤੇ ਅੱਜ ਮੀਂਹ ਕਿੰਨਾ ਕੁ ਪਿਆ? ਮੀਂਹ ਤਾਂ 3 ਵਜੇ ਦਾ ਝੁੱਟ ਹੋਇਆ ਪੈਣ ਡਿਆ, ਬਹੁਤ ਪਾਣੀ, ਪਾਣੀ ਭਰ ਗਿਆ, ਕਮਰਾ ਵੀ ਭਰ ਗਿਆ, ਵਿੱਚੇ ਵੜ ਜਾਂਦਾ, ਨਿਕਲਦਾ ਹੀ ਨਹੀਂ।